ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਾਣੀਆਂ ਦੇ ਮੁੱਦੇ ਤੇ ਇੱਕ ਵਾਰ ਫਿਰ ਤੋਂ ਕਾਂਗਰਸ ਤੇ ਸ਼ਬਦੀ ਵਾਰ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਹਰਿਆਣਾ ਨੂੰ ਇੱਕ ਬੂੰਦ ਪਾਣੀ ਵੀ ਪੰਜਾਬ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਇਸ ਗੱਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਇਸ ਮੌਕੇ ਤੇ SYL ਦੇ ਮੁੱਦੇ ਨੂੰ ਲੈ ਕੇ ਮਜੀਠੀਆ ਨੇ ਹਰਿਆਣਾ ਦੇ ਨਾਲ ਨਾਲ ਦਿੱਲੀ ਸਰਕਾਰ ਨੂੰ ਵੀ ਸਰਦਾਰ ਬਾਦਲ ਸਾਹਿਬ ਨੇ ਇੱਕ ਗੱਲ ਸਪਸ਼ਟ ਕਰਤੀ ਸੀ ਕਿ ਇੱਕ ਬੂੰਦ ਵੀ ਪਾਣੀ ਦਾ ਪੰਜਾਬ 'ਚੋਂ ਹਰਿਆਣੇ ਨਹੀਂ ਜਾਊਗਾ, ਨਹੀਂ ਜਾਊਗਾ, ਨਹੀਂ ਜਾਊਗਾ। ਇਹ ਗੱਲ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਹਿੰਦੁਸਤਾਨ 'ਚ ਬੈਠੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ। ਦੂਜੀ ਗੱਲ, ਕਾਂਗਰਸ ਦੀ ਜਿਹੜੀ ਡਰਾਮੇਬਾਜ਼ੀ ਉਹ ਚੱਲਣੀ ਨਹੀਂ। ਅੱਜ ਅਸਤੀਫਾ ਦਿੰਦੇ ਆ, ਉਹ ਟ੍ਰਿਬਿਊਨ ਅਖਬਾਰ ਦੀ ਖਬਰ ਵੀ ਨਿਕਲ ਆਈ ਆ 1982 ਦੀ, ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਇੱਕ ਪਾਸੇ, ਇੰਦਰਾ ਗਾਂਧੀ ਦੀ ਫੋਟੋ ਦੂਜੇ ਪਾਸੇ, ਤਾਂ ਉਹ GI ਨੂੰ ਕਹਿ ਰਿਹਾ ਕਪੂਰੀ ਦੇ ਉੱਥੇ ਟੱਪ ਲਾਉਣ ਲਈ। ਇਸ ਲਈ ਉਹ ਉਸ ਕਾਂਗਰਸ ਦੀ ਉਦੋਂ ਵਜ਼ਾਰਤ, ਕਾਂਗਰਸ ਦਾ ਉਦੋਂ ਦਾ ਮੁੱਖ ਮੰਤਰੀ, ਕਾਂਗਰਸ ਦੇ ਉਦੋਂ ਕੈਪਟਨ ਅਮਰਿੰਦਰ ਸਿੰਘ GI ਨੂੰ ਕਰਨ ਨੂੰ ਅੱਜ ਕਾਹਦਾ ਅਸਤੀਫਾ? ਨਾਲੇ ਮੈਨੂੰ ਇਹ ਅਸਤੀਫੇ ਦਾ ਸਿਸਟਮ ਨਹੀਂ ਸਮਝ ਆਇਆ। ਬਾਜਵਾ ਸਾਹਿਬ ਨੇ ਕਿਉਂ ਨਹੀਂ ਅਸਤੀਫਾ ਦਿੱਤਾ? ਅੰਬਿਕਾ ਸੋਨੀ ਨੇ ਕਿਉਂ ਨਹੀਂ ਅਸਤੀਫਾ ਦਿੱਤਾ? ਬਾਕੀ ਦੇ ਜਿਹੜੇ ਕਾਂਗਰਸ ਦੇ MP ਨੇ, ਬਿੱਟੂ, ਸੰਤੋਖ ਚੌਧਰੀ, ਉਹਨਾਂ ਨੇ ਕਾਹਦੇ ਲਈ ਨਹੀਂ ਅਸਤੀਫਾ? ਤੁਸੀਂ ਲੋਕਾਂ ਨੂੰ ਅੱਖਾਂ 'ਚ ਘੱਟਾ ਪਾਉਂਦੇ ਹੋ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਕਾਂਗਰਸ। ਦਿੱਲੀ ਨੇ ਤਾਂ ਅੱਗੇ SYL ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦੇ ਅੱਗੇ ਅਗੇਂਸਟ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਸਟੈਂਡ ਲਿਆ ਹੋਇਆ। ਹੱਕ 'ਚ ਤਾਂ ਅੱਜ ਤੱਕ ਨਹੀਂ ਸਟੈਂਡ ਲਿਆ। ਜੇ ਹੁੰਦਾ ਤਾਂ ਹੁਣ ਤੱਕ ਤਾਂ ਉਹਨਾਂ ਤੋਂ ਉਹ ਚੁੱਪ ਹੀ ਨਹੀਂ ਰਹਿ ਸਕਦੇ, ਅਤੇ ਹੁਣ ਚੁੱਪ ਬੋਈ ਨਹੀਂ ਬੁੱਕ ਖੋਲ ਰਹੇ। ਇਹਨਾਂ ਗੱਲਾਂ ਤੋਂ ਸਪਸ਼ਟ ਹੈ ਕਿ ਦਾਲ 'ਚ ਕੁਛ, ਆਮ ਆਦਮੀ ਪਾਰਟੀ 'ਚ ਕਾਲਾ ਨਹੀਂ, ਸਭ ਕੁਛ ਕਾਲਾ। ਕਦੇ 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 ਜਦ ਧਰਨਾ ਵੱਜਿਆ ਸੀ, ਇਹਨਾਂ ਨੇ ਡਰਾਮਾ ਕੀਤਾ ਸੀ, ਕੌਣ ਆਇਆ? ਉਹ ਡਰਾਮੇ ਨੂੰ ਲੀਡ ਕੌਣ ਕਰ ਰਿਹਾ? UP ਦੇ ਲੋਕ, ਬਿਹਾਰ ਦੇ ਲੋਕ, ਹਰਿਆਣੇ ਦੇ ਲੋਕ, ਜਿਹੜੇ ਪੰਜਾਬ ਤੋਂ ਤਾਂ ਪੰਜਾਬ ਦੇ ਲੋਕਾਂ ਦਾ ਹੱਕ ਖੋਣਾ ਚਾਹੁੰਦੇ। ਮਜੀਠਾ ਤੋਂ ਸੋਨੂੰ ਸੋਢੀ, ਖਬਰ ਹਰਪਲ ਇੰਡੀਆ ਲਈ।